ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents ਸਮੂਹ ਮੈਂਬਰ ਸਾਹਿਬਾਨ ਅਤੇ ਦੇਖੋ ਸਾਹਿਬਾਨ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੁਬਾਰਾ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਆਪਾਂ ਸਵੇਰ ਦੇ ਬੈਠੇ ਨਾ, ਥੋੜ੍ਹਾ ਜਿਹਾ ਸੁਸਤੀ ਵੀ ਪੈ ਜਾਂਦੀ ਆ, ਕਿਉਂਕਿ ਆਪਾਂ ਸਾਰੇ ਹੀ ਅੱਜ ਉਸ ਮੁੱਦੇ ਨੂੰ ਲੈ ਕੇ ਬੈਠੇ ਹਾਂ ਜਿਹਦੇ ਵਾਸਤੇ ਸਾਰਿਆਂ ਦੇ ਅੰਦਰ ਹੀ ਦਰਦ ਹੈ। ਮੈਂ ਸਿਰਫ, ਕਿਉਂਕਿ 10 ਮਿੰਟ ਸਮਾਂ ਹੈ, ਉਹਦੇ ਅੰਦਰ ਅੰਦਰ ਹੀ ਮੈਂ ਆਪਣੀ ਗੱਲ ਸਾਰਿਆਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਵੱਖ ਵੱਖ ਬੁਲਾਰਿਆਂ ਨੇ ਅੱਜ ਦਾ ਜੋ ਮੁੱਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਦਾ, ਉਹਦੇ ਬਾਰੇ ਬਹੁਤ ਹੀ ਲੰਬੇ ਸਮੇਂ ਤੋਂ ਸਾਰਿਆਂ ਨੇ ਵੱਖ ਵੱਖ ਐਂਗਲਾਂ ਤੋਂ ਵਿਚਾਰ ਦਿੱਤੇ ਹਨ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਬੇਦਬੀ ਦਾ ਜ਼ਿਕਰ ਆਉਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਕ ਬਾਹਰਲਾ ਪੱਖ ਹੈ, ਇੱਕ ਅੰਦਰਲਾ ਪੱਖ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨਾਲ ਛੇੜਛਾੜ ਕੀਤੀ ਗਈ, ਉਹਦੇ ਅੰਕ ਖਿਲਾਰੇ ਗਏ, ਉਹਦੇ ਬਾਰੇ ਅਸੀਂ ਸਾਰੇ ਹੀ ਬਹੁਤ ਚਿੰਤਾ ਦੇ ਵਿੱਚ ਹਾਂ ਕਿ ਉਹਨਾਂ ਨੂੰ ਸਜਾਵਾਂ ਹੋਣੀਆਂ ਚਾਹੀਦੀਆਂ ਨੇ, ਉਹ ਚਿਹਰੇ ਨੰਗੇ ਹੋਣੇ ਚਾਹੀਦੇ ਹਨ। ਪਰ ਉਹਦੇ ਨਾਲ ਨਾਲ ਇਹ ਵੀ ਚੀਜ਼, ਕਿਉਂਕਿ ਆਹ ਸਾਰੇ ਆਪਾਂ ਲਗਭਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਬੈਠੇ ਹਾਂ, ਇੱਕ ਅੰਦਰੂਨੀ ਤੌਰ 'ਤੇ ਵੀ ਬੇਦਬੀ ਦਾ ਪੱਖ ਹੈ। ਜਿਵੇਂ ਸਰਦਾਰ ਵੀਰ ਰਜਿੰਦਰ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਜਿਹੜੇ ਦਿੱਤੇ ਸਨ ਕਿ ਅਸੀਂ ਚਿਹਰੇ ਨਾ ਵੇਖੀਏ, ਚਿਹਰੇ ਦੇ ਪਿੱਛੇ ਵਿਚਾਰ ਵੇਖੀਏ। ਜਦੋਂ ਅਸੀਂ ਗੁਰਬਾਣੀ ਦੇ ਵਿੱਚੋਂ ਵਿਚਾਰ ਪੜ੍ਹਦੇ ਹਾਂ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਨ, ਵਰਤ ਨਾ ਰਹੋ ਨਾ ਮਹਿਰਮਦਾਨਾ ਅਤੇ ਸੇਵੀ ਜੋ ਰੱਖੇ ਨਦਾਨਾ, ਜਦੋਂ ਇਹ ਵਿਚਾਰਾਂ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹਦੇ ਹਾਂ, ਤਾਂ ਸਮੱਸਿਆ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰੋਬਲਮ ਕਿਹਨਾਂ ਨੂੰ ਹੈ, ਕਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਚੰਗੀ ਨਹੀਂ ਲੱਗਦੀ। ਜਿਹੜੀ ਅੱਜ ਸਭ ਤੋਂ ਖਤਰਨਾਕ ਪ੍ਰੋਬਲਮ ਇਹ ਹੈ ਕਿ ਜਿਹੜੇ ਕੁਝ ਸਾਡੇ ਪ੍ਰਚਾਰਕ ਰਾਗੀ, ਜਿਹੜੀਆਂ ਸਾਡੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਉਹਨਾਂ ਲੋਕਾਂ ਦੀ ਸਪੋਰਟ ਕਰ ਰਹੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅੰਦਰੂਨੀ ਤੌਰ 'ਤੇ ਢਾਲ ਆ ਰਹੇ ਨੇ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਗੱਲ ਕਹਿਣਾ ਕਿ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਵਿੱਚ ਹੈ ਉਹ ਜੋਤ ਹੀ ਸ੍ਰੀ ਰਾਮ ਚੰਦਰ ਵਿੱਚ ਹੈ, ਇਹ ਸਿੱਧਾ RSS ਦੀ ਝੋਲੀ 'ਚ ਪੈਣ ਵਾਲੀ ਗੱਲ ਨਹੀਂ, ਪਰ ਇਨਡਾਇਰੈਕਟ RSS ਦੀ ਹੀ ਸੇਵਾ ਕੀਤੀ ਜਾ ਰਹੀ ਹੈ। ਸਿੱਧਾ ਨਹੀਂ ਕਹਿਣਾ ਵੀ ਉਹ ਸਿੱਧੇ ਆਣ ਕੇ ਲਿਫਾਫੇ ਦਿੰਦੇ ਹੋਣਗੇ, ਉਹ ਇੱਦਾਂ ਨਹੀਂ, ਉਹ ਅਗਲੇ ਚੋਣ ਕਰਦੇ ਵੀ ਕਿਹੜਾ ਪ੍ਰਚਾਰਕ, ਕਿਹੜਾ ਰਾਗੀ, ਕਿਹੜਾ ਢਾਡੀ, ਕਿਹੜਾ ਪ੍ਰਬੰਧਕ ਸਾਡੀ ਇਸ ਗੱਲ ਦੀ ਪ੍ਰੋੜਤਾ ਕਰ ਰਿਹਾ ਹੈ। ਤੋ ਜਿੰਨੀ ਦੇਰ ਤੱਕ ਅਸੀਂ ਇਸ ਪੰਥਕ ਅਸੈਂਬਲੀ 'ਚ ਕੋਈ ਇੱਦਾਂ ਦਾ ਵਿਧਾਨ ਬਣਾਈਏ ਵੀ ਇੱਦਾਂ ਦੀ ਵਿਚਾਰ ਸੰਗਤਾਂ ਸਾਹਮਣੇ ਜਾਵੇ ਕਿ ਜਿਵੇਂ ਗੁਰਬਾਣੀ 'ਚ, ਕਿਉਂਕਿ ਗੁਰਬਾਣੀ ਦੀ ਵਿਆਖਿਆ ਦਾ ਵੀ ਅੱਜ ਬ੍ਰਾਹਮਣੀਕਰਨ ਹੋ ਰਿਹਾ, ਸ਼ਬਦ ਗੁਰਬਾਣੀ ਦੇ ਲੈ ਕੇ ਹੁਣ ਗੁਰਬਾਣੀ 'ਚ ਵੀ ਲਿਖਿਆ ਕਬੀਰ ਰਾਮ ਕਹਿਣ ਮੈਂ ਭੇਦ ਹੈ, ਰਾਮ ਕਹਿਣ 'ਚ ਵੀ ਫਰਕ ਹੈ। ਇੱਕ ਇੱਥੇ ਇੱਕ ਹਿੰਦੂ ਵੀਰ ਰਾਮ ਕਹਿੰਦਾ, ਉਹਦੀ ਸੁਰਤ ਵਿੱਚ ਦਸਰ ਦੇ ਪੁੱਤਰ ਦੀ ਪਿਕਚਰ ਆ ਰਹੀ ਹੈ। ਇੱਕ ਸਿੱਖ ਰਾਮ ਕਹਿੰਦਾ, ਉਹ ਰਮੇ ਹੋਏ ਪਰਮਾਤਮਾ ਦੀ ਗੱਲ ਕਰ ਰਿਹਾ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭੈ ਕਹੇ ਸੋਈ ਕੌਤਕ ਹਾਰ। ਅੱਜ ਅੰਦਰੂਨੀ ਤੌਰ 'ਤੇ ਹੁਣ ਜਿੱਥੇ ਸਰੂਪ ਨਾਲ ਛੇੜਛਾੜ ਹੋਈ, ਸਾਨੂੰ ਸਾਰਿਆਂ ਨੂੰ ਚਿੰਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੋਣੀ ਵੀ ਚਾਹੀਦੀ ਹੈ। ਪਰ ਜਿਹੜੀ ਅੰਦਰੂਨੀ ਤੌਰ 'ਤੇ ਗੱਦੀਆਂ ਲੱਗ ਰਹੀਆਂ ਨੇ, ਗੱਦੇਲੇ ਲਾ ਕੇ ਮੱਥਾ ਟਿਕਾਈ ਜਾ ਰਹੀ ਹੈ, ਪੂਜਾ ਕਰਾਈ ਜਾ ਰਹੀ ਹੈ, ਜਿਹੜੀ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਜਾ ਕੇ ਜਿਸ ਆਰਤੀ ਦਾ ਖੰਡਨ ਕਰ ਰਹੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੇ ਉਸੇ ਸਰੂਪ ਦੀ ਆਰਤੀ ਕੀਤੀ ਜਾ ਰਹੀ ਹੋਵੇ, ਕੀ ਇਹ ਕਿਸੇ ਬੇਦਬੀ ਨਾਲੋਂ ਘੱਟ ਹੈ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਭੋਗ ਲਗਾਉਣੇ, ਮੈਨੂੰ ਅੱਜ ਵੀ ਯਾਦ ਹੈ, ਮੈਂ ਪਿਛਲੇ ਦਿਨੀ ਸਪੇਨ ਗਿਆ ਸੀ ਅਤੇ ਉੱਥੇ ਗ੍ਰੰਥੀ ਸਿੰਘ ਗੁਰਦੁਆਰੇ
ਜਦੋਂ ਉਹਨੇ ਭੋਗ ਦੀ ਅਰਦਾਸ ਕੀਤੀ, ਅਰਦਾਸ ਵਿੱਚ ਭੋਗ ਸ਼ਬਦ ਬੋਲਿਆ ਅਤੇ ਬਾਅਦ ਵਿੱਚ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਜੀ ਭਾਈ ਸਾਹਿਬ ਇਹ ਪੰਥ ਦੇ ਮਸਲੇ ਕਦੋਂ ਹੱਲ ਹੋਣਗੇ? ਮੈਂ ਕਿਹਾ ਕੁਝ ਤਾਂ ਆਪਾਂ ਹੀ ਕਰ ਸਕਦੇ ਹੁਣੇ। ਉਹ ਮੈਨੂੰ ਪੁੱਛਦਾ ਉਹ ਕਿਵੇਂ? ਮੈਂ ਕਿਹਾ ਸਿੱਖ ਰਹਿਤ ਮਰਿਆਦਾ ਜੀ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੈ, ਤੁਸੀਂ ਭੋਗ ਲਾ ਰਹੇ ਜੀ। ਇਹ ਪੰਥਕ ਅਸੈਂਬਲੀ 'ਚ ਕੋਈ ਇੱਦਾਂ ਦਾ ਸਿਸਟਮ ਬਣਾਇਆ ਜਾਵੇ। ਦੂਜੀ ਬੇਨਤੀ ਇੱਕ ਹੋਰ ਕਰਨੀ ਚਾਹੁੰਦਾ, ਜਦੋਂ ਕੋਈ ਸਾਡੇ ਲਿਖਾਰੀ ਕਿਤਾਬ ਲਿਖਦੇ ਨੇ, ਕਈ ਵਾਰੀ ਉਹ ਕੋਈ ਐਸਾ ਵਿਸ਼ਾ ਲਿਖਦੇ ਨੇ ਜਿਹਦੇ ਨਾਲ ਉਹ ਦੂਜੀ ਧਿਰ ਵਾਲੇ ਉਹ ਇਹਨੂੰ ਬਣਾ ਲੈਂਦੇ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉਹ 295 ਦਾ ਪਰਚਾ ਦਰਜ ਕਰਾ ਦੇਣਗੇ ਤਾਂ ਕਿ ਬੰਦਾ ਦੁਬਾਰਾ ਲਿਖਣ ਲੱਗਿਆਂ 100 ਵਾਰ ਸੋਚੇ। ਕੋ ਬੁਲਾਰਾ ਗੁਰੂ ਦੀ ਗੱਲ ਕਰਦਾ ਹੈ, ਮੰਨ ਲਓ ਜਨਮ ਅਸ਼ਟਮੀ ਦੇ ਵਾਲੇ ਦਿਨ ਉਹਨੇ ਗੁਰਬਾਣੀ ਦੀ ਵਿਆਖਿਆ ਕੀਤੀ, ਉਹਨੇ ਝੂਠ ਨਹੀਂ ਬੋਲਿਆ, ਉਹਨੇ ਸਗਲੀ ਥੀਤ ਪਾਸਦਾ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮ ਭੂਲੇ ਨਾਰ ਕਰਤ ਕਚਰੈਣ ਜਨਮ ਮਰਨ ਤੇ ਰਹਿਤ ਨਰੈਣ, ਵਿਆਖਿਆ ਉਹਨੇ ਸਹੀ ਕੀਤੀ ਹੈ, ਪਰ ਉਹਨੂੰ ਕੇਸ ਪਾ ਕੇ ਉਲਝਾ ਦੇਣਾ ਤਾਂ ਕਿ ਦੁਬਾਰਾ ਉਹ ਸਹੀ ਵਿਆਖਿਆ ਕਰਨ ਲੱਗਿਆਂ 100 ਵਾਰ ਸੋਚੇ। ਕੋਈ ਸਾਡਾ ਇੱਦਾਂ ਦਾ ਵਿੰਗ ਬਣਿਆ ਹੋਵੇ, ਇੱਦਾਂ ਦੇ ਸਾਡੇ ਵੀਰ ਪਿੱਛੇ ਖਲੋਤੇ ਹੋਣ ਤਾਂ ਕਿ ਪ੍ਰਚਾਰਕ ਹੋਵੇ ਚਾਹੇ ਕੋਈ ਵਿਦਵਾਨ ਕਿਤਾਬ ਲਿਖਣ ਵਾਲਾ ਹੋਵੇ ਉਹਦੇ ਪਿੱਛੇ ਸਪੋਰਟ ਹੋਵੇ, ਉਹ ਆਪਣਾ ਮਨੋਬਲ ਲੱਗਦਾ ਨਹੀਂ ਸਰ। ਮੈਂ ਮਹਿਸੂਸ ਕਰਦਾ ਕਿ ਬਹੁਤੇ ਪ੍ਰਚਾਰਕਾਂ ਦੇ ਡੇਰੇਦਾਰਾਂ ਦੀ ਝੋਲੀ 'ਚ ਪੈਣ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਪਿੱਛੋਂ ਸਪੋਰਟ ਨਹੀਂ ਹੈਗੀ। ਇੱਕ ਵਾਰੀ ਉਹ ਉਲਝ ਜਾਂਦਾ, ਕਹਿੰਦਾ ਛੱਡੋ ਆਪਾਂ ਕੀ ਲੈਣਾ, ਰੋਟੀ ਕਮਾਓ ਅਤੇ ਆਪਣੇ ਘਰ ਬਹੋ ਬਸ। ਵੱਡੇ ਵੱਡੇ ਪ੍ਰਚਾਰਕਾਂ ਨੇ ਜੇ ਸਾਧਾਂ ਬਾਬਿਆਂ ਦੀਆਂ ਬਰਸੀਆਂ 'ਤੇ ਜਾ ਕੇ ਸੋਹਲੇ ਗਾਏ ਨੇ, ਪਖੰਡਵਾਦ ਦੇ ਉੱਤੇ ਜਾ ਕੇ ਪਹਿਰਾ ਦਿੱਤਾ ਹੈ, ਅਤੇ ਉਹਦੇ ਪਿੱਛੇ ਇੱਕ ਵਜ੍ਹਾ ਸੀ ਕਿ ਉਹਨਾਂ ਦੇ ਪਿੱਛੇ ਖਲੋਣ ਵਾਲਾ ਕੋਈ ਨਹੀਂ। ਤੋ ਮੈਂ ਮਹਿਸੂਸ ਕਰਦਾ ਕਿ ਜੇ ਇਸ ਪੰਥਕ ਅਸੈਂਬਲੀ ਵਿੱਚ ਕੋਈ ਇੱਦਾਂ ਦਾ ਮਤਾ ਪਾ ਕੇ ਕੋਈ ਇੱਦਾਂ ਦੀ ਆਪਾਂ ਕਮੇਟੀ ਬਣਾ ਸਕੀਏ, ਕੱਲ੍ਹ ਨੂੰ ਕੋਈ ਲਿਖਾਰੀ ਉਹ ਲਿਖਦਾ ਹੈ ਕਿਤਾਬ ਸਹੀ ਲਿਖਦਾ ਹੈ, ਉਹਨੂੰ ਉਲਝਾਇਆ ਜਾਂਦਾ ਕੇਸ ਲਈ, ਅਤੇ ਉਹਦੇ ਪਿੱਛੇ ਖਲੋਤੇ ਹੋਣ। ਕੱਲ੍ਹ ਨੂੰ ਕੋਈ ਬੁਲਾਰਾ ਬੋਲਦਾ ਹੈ, ਉਹਨੂੰ ਜੇ ਕੋਈ ਉਲਝਾਉਣ ਦੀ ਕੋਸ਼ਿਸ਼ ਕਰੇ ਅਤੇ ਉਹ ਕਮੇਟੀ ਉਹਦੇ ਪਿੱਛੇ ਖਲੋਤੀ ਹੋਵੇ ਤਾਂ ਕਿ ਉਹਦਾ ਮਨੋਬਲ ਡਿੱਗੇ ਨਾ, ਸਹੀ ਤਰੀਕੇ ਨਾਲ ਉਹ ਗੁਰੂ ਦੀ ਗੱਲ ਨਿਡਾਰ ਹੋ ਕੇ ਸੰਗਤਾਂ ਸਾਹਮਣੇ ਰੱਖ ਸਕੇ। ਇਹ ਇੱਕ ਅੰਦਰੂਨੀ ਪੱਖ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸੰਗਤਾਂ ਸਾਹਮਣੇ ਪੇਸ਼ ਜਦੋਂ ਕਰਨ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਉਹਦਾ ਮਨੋਬਲ ਡਿੱਗਿਆ ਜਾ ਰਿਹਾ। ਮੈਂ ਬਸ ਇੰਨੀ ਕੀ ਬੇਨਤੀ ਸਾਰੇ ਵੀਰਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਆਪਾਂ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਕੋਈ ਆਪਾਂ ਇੱਦਾਂ ਦਾ ਮਤਾ ਪਾ ਕੇ ਕੋਈ ਇੱਦਾਂ ਦੀ ਕਮੇਟੀ ਬਣਾ ਸਕੀਏ, ਜਿਹੜੇ ਲਿਖਾਰੀ ਲਿਖ ਰਹੇ ਨੇ, ਜਿਹੜੇ ਬੁਲਾਰੇ ਬੋਲ ਰਹੇ ਨੇ, ਜਾਂ ਜਿਨ੍ਹਾਂ ਦਾ ਵੀ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦਾ ਅਸੀਂ ਨਾਲ ਖਲੋ ਕੇ ਸਪੋਰਟ ਕਰ ਸਕੀਏ ਤਾਂ ਕਿ ਉਹ ਚੜ੍ਹਦੀ ਕਲਾ ਵਿੱਚ ਸੱਚ ਦੀ ਵਿਚਾਰ ਨੂੰ ਸੰਗਤਾਂ ਸਾਹਮਣੇ ਰੱਖ ਸਕਣ। ਇੰਨੀ ਕੀ ਜਿਹੜੇ ਹਨ ਮੇਰੇ ਸੁਝਾਅ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।